चोणा का मौसम आ चुका गा पंजाब दे विच हर पार्टी वड्डे वड्डे जिहड़े दावे ने वादे ने शुरू हो चुके ने पर दूजे पासे तुहानूं दिखाउणा जिहड़े पंजाब दे नौजवान ने बेरजुगारी करके सड़कां दे उपर ने गे ये वह नौजवान ने गे लड़कियां ने नाल जिन्हां ने पंजाब सरकार वल्लों 4369 पोस्टां दे लई जिहड़ी भर्ती हैगी वह कढ़ी जांदी आ जिस दे लई करीब 2.5 लाख जिहड़े विद्यार्थी ने गे वह पेपर देंदे ने गे पर अज इन्हां दा कहना गा कि जिहड़ा उस दे लई नतीजा आया गा नतीजे दे विच घपलेबाजी दे इन्हां वल्लों इक वड्डा दोष लाया जा रहा है भी जिन्हां दे नंबर घट सीगे उन्हां नूं फिजिकल ट्रायल दे लई बुलाया गया गा ते जिन्हां दे नंबर ज़्यादा सीगे उन्हां दी लिस्ट नहीं आई जिहड़ा नतीजे दे उपर इन्हां वल्लों घपलेबाजी दे वड्डे दोष लाए जा रहे ने। पिछले 5 दिनां तों लगातार ये नौजवान सड़क दे उपर संघर्ष कर रहे ने गे ते अज मुख्यमंत्री चरणजीत सिंह चन्नी दे घर वल नूं डणौत करन जांदे हुए प्रोग्राम बनाया गया गा। साडे नाल नौजवान ने उन्हां नाल गल कर लैने आ। वीर जी की नाम है अपना? मेरा नाम जी दविंदर सिंह है जी। दविंदर कदों पेपर होया सी की सीगा पूरा मामला जिहनूं लैके अज तुसीं संघर्ष कर रहे होंगे? सारे पेपर होए सी अपने सितंबर दे विच जी कॉन्सटेबल का ते उस तों पहलां हैड कॉन्सटेबल का SI का इंटैलीजेंसी का पर इन्हां दे मेरे हिसाब नाल जिहड़ी इन्हां दा रणनीति बनाई हुई सीगी भी बाकी दीआं भर्तियां नूं असीं कैंसल कर दईए ते कॉन्सटेबल दी भर्ती नूं अगे लिआया जावे ये शायद एक सोची समझी एक साजिश ही है मेरे अकॉर्डिंग। ਕਿੰਨੀਆਂ ਭਰਤੀਆਂ ਸੀਗੀਆਂ ਉਹਦੇ 'ਚ ਕਿੰਨੇ ਜਿਹੜੇ ਵਿਦਿਆਰਥੀ ਉਹ ਭਾਗ ਲੈਂਦੇ ਆ ਹੁਣ ਜਿਹੜਾ ਤੁਹਾਡੇ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈਗਾ ਵੀ ਜਿਹੜਾ ਨਤੀਜਾ ਹੈਗਾ ਉਹਦੇ ਵਿੱਚ ਇੱਕ ਵੱਡੀ ਘਪਲੇਬਾਜ਼ੀ ਆ ਕੀ ਸਬੂਤ ਆ ਉਹਦਾ? ਸਬੂਤ ਸਰ ਸਾਡੇ ਕੋਲ ਹੈਗੇ ਨੇ ਜੀ 4300 ਦੇ ਲਗਭਗ ਪੋਸਟ ਸੀ 4 ਲੱਖ ਬੱਚੇ 4.5 ਲੱਖ ਬੱਚੇ ਨੇ ਇਹ ਪੋਸਟ ਭਰੀ ਸੀਗੀ ਅਤੇ ਸਾਡੇ ਕੋਲ ਸਬੂਤ ਹੈਗੇ ਨੇ ਜੀ ਬੱਚਿਆਂ ਕੋਲ ਮੌਜੂਦ ਨੇ ਸਬੂਤ। ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ ਇਸ ਸੰਬੰਧੀ? ਪ੍ਰਸ਼ਾਸਨ ਨਾਲ ਅਸੀਂ ਪਰਸੋਂ ਸਰ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ DC ਸਾਹਿਬ ਨਾਲ ਗੱਲ ਕਰਨ ਦੀ ਸੰਗਰੂਰ ਗੱਲ ਕਰਨ ਦੀ ਕੋਸ਼ਿਸ਼ ਪਰ ਉਹਨਾਂ ਨੇ ਇਸ ਗੱਲ ਨੂੰ ਕੰਨੀ ਕਤਰਾਇਆ ਸਾਡੇ ਤੋਂ। ਸੋ ਇਹਨਾਂ ਦਾ ਕਹਿਣਾ ਹੈਗਾ ਕਿ ਜਿਹੜਾ ਸਬੂਤ ਇਹਨਾਂ ਕੋਲ ਹੈਗੇ ਨੇਗੇ ਛੋਟੇ ਛੋਟੇ ਬੱਚਿਆਂ ਨੇ ਜਿਹੜੀਆਂ ਅੱਜ ਡੰਡੌਤ ਕਰਨ ਦੇ ਲਈ ਮਜਬੂਰ ਨੇ। ਕੀ ਨਾਮ ਹੈ ਬੇਟੇ ਆਪਣਾ? ਰਮਨਦੀਪ ਕੌਰ ਜੀ। ਅੱਜ ਕੀ ਕਾਰਨ ਹੈ ਵੀ ਅੱਜ ਤੁਹਾਨੂੰ ਡੰਡੌਤ ਕਰਨੀ ਪੈ ਰਹੀ ਹੈਗੀ? ਜਿਹੜੀ ਪੇਪਰ ਦੇ ਵਿੱਚ ਘਪਲੇਬਾਜ਼ੀ ਹੋਈ ਹੈ, ਠੀਕ ਹੈ, ਕੋਈ ਸਾਨੂੰ ਇਨਸਾਫ ਨਹੀਂ ਮਿਲ ਰਿਹਾ, ਠੀਕ ਹੈ, ਪ੍ਰਸ਼ਾਸਨ ਆਉਂਦੇ ਧਮਕੀਆਂ ਦੇ ਕੇ ਚਲਿਆ ਜਾਂਦਾ ਹੈਗਾ ਅਤੇ ਕਹਿੰਦੇ ਨੇ ਤੁਹਾਨੂੰ ਚੱਕ ਲਾਂਗੇ, ਇਹ ਕਰ ਦਾਂਗੇ, ਉਹ ਕਰ ਦਾਂਗੇ, ਪਰ ਸਾਡੀ ਕੋਈ ਸੁਣਵਾਈ ਵੀ ਨਹੀਂ ਕਰ ਰਿਹਾ। ਸਾਡੇ ਕੋਲ ਬਕਾਇਦਾ ਪਰੂਫ ਨੇਗੇ, ਇੱਕ ਵਾਰੀ ਪਰੂਫ ਤਾਂ ਦੇਖ ਕੇ ਜਾਣ, ਤਾਂ ਹੀ ਤਾਂ ਇਸ ਤੱਕ ਇਸ ਇੱਥੇ ਪਹੁੰਚ ਰਹੇ ਹਾਂ ਅਸੀਂ। ਡਣੌਤਾ ਕਰਕੇ ਸਾਨੂੰ ਚੰਨੀ ਦੀ ਕੋਠੀ ਤੱਕ ਜਾਣਾ ਪੈ ਰਿਹਾ ਹੈਗਾ। ਮੁੱਖ ਮੰਤਰੀ ਸਾਹਿਬ ਤਾਂ ਵੱਡੇ ਵੱਡੇ ਐਲਾਨ ਕਰ ਰਹੇ ਨੇ, ਉਹ ਕਹਿੰਦੇ ਨੇ ਵੀ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾ ਰਹੀ ਆ, ਵੱਡੇ ਵੱਡੇ ਫਲੈਕਸ ਬੋਰਡ ਲੱਗੇ ਹੋਏ ਨੇਗੇ, ਤੁਹਾਨੂੰ ਯਕੀਨ ਨਹੀਂ ਉਹਨਾਂ 'ਤੇ? ਸਰ ਕੋਈ ਯਕੀਨ ਨਹੀਂ ਹੈਗਾ, ਜੇ ਨੌਕਰੀਆਂ ਦਿੱਤੀਆਂ ਹੁੰਦੀਆਂ ਤਾਂ ਡਿਪਾਰਟਮੈਂਟ ਇੱਥੇ ਧਰਨੇ 'ਤੇ ਨਾ ਬੈਠਦਾ। ਹਰ ਇੱਕ ਕੋਈ ਟੀਚਰ ਲਾ ਲਓ, ETT ਵਾਲੇ ਲਾ ਲਓ, ਹਰ ਇੱਕ ਧਰਨੇ ਦੇ ਰਹੇ ਨੇ, ਠੀਕ ਹੈ, ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਨੇ ਉਹ ਤਨਖਾਹ ਕਰਕੇ ਧਰਨੇ ਲਾ ਰਹੇ ਨੇ, ਜਿਨ੍ਹਾਂ ਨੂੰ ਨਹੀਂ ਮਿਲ ਰਹੀਆਂ, ਠੀਕ ਹੈ, ਉਹ ਰੋਜ਼ਗਾਰ ਮੰਗਣ ਲਈ ਧਰਨੇ ਲਾ ਰਹੇ ਨੇਗੇ। ਰੋਜ਼ਗਾਰ ਤਾਂ ਇੱਥੇ ਮਿਲਦਾ ਹੀ ਨਹੀਂ, ਤਾਂ ਹੀ ਤਾਂ ਲੋਕ ਬਾਹਰ ਨੂੰ ਭੱਜਦੇ ਨੇਗੇ, ਕਹਿ ਦਿੰਦੇ ਨੇ ਲੋਕਾਂ ਦੇ ਜਵਾਕ ਨਸ਼ੇ ਕਰਨ ਲੱਗ ਗਏ, ਸਰਕਾਰ ਖੁਦ ਨਸ਼ੇ ਕਰਨ ਲਾਉਂਦੀ ਹੈਗੀ। ਜੇ ਰੋਜ਼ਗਾਰ ਮਿਲੇ ਹੈ ਨਾ, ਤਨਖਾਹਾਂ ਮਿਲ, ਤਾਂ ਘਰ ਚੱਲਣ ਲੋਕਾਂ ਦੇ, ਕਿਉਂ ਨਸ਼ੇ ਕਰਨ, ਚੋਰੀਆਂ ਠੱਗੀਆਂ ਕਿਉਂ ਕਰਨ ਜਵਾਕ? ਕਿਵੇਂ ਦੇਖਦੇ ਹੋਗੇ ਕਿ ਆਪਣੇ ਹੱਕਾਂ ਦੇ ਲਈ ਕਿਸਾਨ ਸੰਘਰਸ਼ ਕਰ ਰਹੇ ਨੇਗੇ ਅਤੇ ਦੂਜੇ ਪਾਸੇ ਤੁਸੀਂ ਜਿਹੜਾ ਲੱਖਾਂ ਰੁਪਏ ਜਿਹੜਾ ਪੇਪਰ ਦੇ ਲਈ ਟਿਊਸ਼ਨ ਫੀਸ ਦਿੱਤੀ ਹੈ ਨਾ, ਅੱਜ ਫਿਰ ਵੀ ਜਿਹੜਾ ਮਤਲਬ ਮੁੱਲ ਉਹਦਾ ਨਹੀਂ ਮੁੜਿਆ, ਉਹਦੇ ਲਈ ਸੰਘਰਸ਼ ਕਰ ਰਹੇ ਹੋਗੇ ਅਤੇ ਅਜੇ ਅਨੋਖਾ ਤਰੀਕਾ ਕਿਉਂ ਅਪਣਾਇਆ ਗਿਆ? ਸਰ ਜਦੋਂ ਸਾਨੂੰ ਰੋਜ਼ਗਾਰ ਨਹੀਂ ਮਿਲ ਰਿਹਾ ਤਾਂ ਹੀ ਅਨੋਖਾ ਤਰੀਕਾ ਅਪਣਾਇਆ ਹੈਗਾ, ਕਿਉਂਕਿ ਸਰਕਾਰਾਂ ਕਹਿ ਦਿੰਦੀਆਂ ਨੇ ਅਸੀਂ ਇੰਨੀਆਂ ਭਰਤੀਆਂ ਕੱਢ ਦਾਂਗੇ, ਇਹ ਕਰ ਦਾਂਗੇ, ਰੱਖ ਲਾਂਗੇ ਤੁਹਾਨੂੰ, ਐਵੇਂ ਕਰ ਲਾਂਗੇ, ਪਰ ਸਾਨੂੰ ਨਾ 3-3 ਸਾਲ ਹੋ ਗਏ ਇੱਥੇ ਇੱਥੇ ਅਕੈਡਮੀਆਂ 'ਚ ਰਹਿੰਦਿਆਂ ਨੂੰ, 4-4 ਹਜ਼ਾਰ ਫੀਸਾਂ ਨੇ ਸਾਡੀਆਂ, ਠੀਕ ਹੈ, ਕਿੱਥੋਂ ਦਿੰਦੇ ਹੋਵਾਂਗੇ? ਜਿਹੜਾ ਮਾਂ ਬਾਪ ਦਿਨ ਦੀ ਇੱਕ ਦਿਹਾੜੀ 300 ਰੁਪਈਏ ਉਹ 4 ਹਜ਼ਾਰ ਦੇਖ ਲਓ ਕਿਵੇਂ ਭਰਦਾ ਹੋਊਗਾ? ਇਹ ਸਭ ਕੁਛ ਤਾਂ ਸਾਨੂੰ ਹੀ ਪਤਾ ਵੀ ਉਹ ਕਿਵੇਂ ਪੈਸੇ ਦਿੰਦੇ ਨੇ, ਢਿੱਡ ਬੰਨ ਕੇ ਉਹ ਸਾਨੂੰ ਪੈਸੇ ਦਿੰਦੇ ਨੇ ਵੀ ਜੇ ਸਾਡੇ ਬੱਚੇ ਲੱਗ ਜਾਣ ਕਿਤੇ, ਉਹ ਨਾ ਐਵੇਂ ਦਿਹਾੜੀਆਂ ਕਰਨ, ਪਰ ਫਿਰ ਵੀ ਸਰਕਾਰ ਦਿਹਾੜੀਆਂ ਕਰਨ 'ਤੇ ਮਜਬੂਰ ਕਰ ਦਿੰਦੀ ਹੈਗੀ। ਸੋ ਵੀਰ ਜੀ ਕਿਵੇਂ ਦੇਖਦੇ ਹੋਗੇ ਕਿ ਜਿਹੜਾ ਲੜਕੀਆਂ ਨੇ ਤੁਹਾਡੇ ਨਾਲ ਵੱਡੀ ਗਿਣਤੀ ਦੇ ਵਿੱਚ ਨਾ ਜਿਹੜੀਆਂ ਨੇ ਪੇਪਰ ਦਿੱਤਾ ਸੀਗਾ ਪੰਜਾਬ ਕਾਂਸਟੇਬਲ ਦਾ ਪੰਜਾਬ ਪੁਲਿਸ ਦਾ ਅਤੇ ਅੱਜ ਸੰਘਰਸ਼ ਕਰਨ ਲਈ ਅੱਜ ਡੰਡੌਤ ਕਰਨ ਲਈ ਇੱਥੇ ਮਜਬੂਰ ਨੇਗੀਆਂ, ਪਰ ਸਰਕਾਰਾਂ ਤਾਂ ਵੱਡੇ ਵੱਡੇ ਦਾਅਵੇ ਕਰ ਰਹੀਆਂ ਨੇਗੀਆਂ, ਵਾਅਦੇ ਕਰ ਰਹੀਆਂ ਨੇ, ਜਿਹੜੀਆਂ ਹੋਰ ਪਾਰਟੀਆਂ ਨੇ ਉਹ ਵੀ ਸਟੇਜਾਂ ਤੋਂ ਵੱਡੇ ਵੱਡੇ ਅਨਾਊਂਸ ਕਰ ਰਹੇ ਆ, ਉਹਨਾਂ ਫਿਰ ਵਾਅਦਿਆਂ ਦਾਅਵਿਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹਨਾਂ ਦੇ ਸਿਰਫ ਪੱਲੇ ਦਾਅਵੇ ਜਾਂ ਵਾਅਦੇ ਰਹਿ ਜਾਂਦੇ ਜੀ, ਕਰਨ ਜੋਗੇ ਕੁਛ ਨਹੀਂ ਹੁੰਦੇ। ਇੱਕ ਨਿਕੰਮੀ ਸਰਕਾਰ ਦੀ ਵਜ੍ਹਾ ਕਰਕੇ ਜਿਹੜਾ ਇੱਕ SI ਕੁਆਲੀਫਾਈ ਆ ਬੰਦਾ ਪਟਵਾਰੀ ਬਣਨ ਵਾਲਾ, ਉਹਨੂੰ ਇੱਕ ਮਜਬੂਰਨ ਇੱਕ ਕਾਂਸਟੇਬਲ ਦੀ ਪੋਸਟ 'ਤੇ ਭਰਤੀ ਹੋਣਾ ਪੈ ਰਿਹਾ। ਇਹਨਾਂ ਨੇ ਕੀਤਾ ਜੀ SI ਦੀਆਂ ਭਰਤੀਆਂ ਕੈਂਸਲ ਕਰਤੀਆਂ, ਪਟਵਾਰੀ ਦੀਆਂ ਕੈਂਸਲ ਕਰਤੀਆਂ, ਇੰਟੈਲੀਜੈਂਸੀ ਦੀਆਂ ਕੈਂਸਲ ਕਰਤੀਆਂ। ਜਿਹੜਾ ਇੰਟੈਲੀਜੈਂਸੀ ਵਿੰਗ 'ਚ ਜਾਣਾ ਚਾਹੀਦਾ ਬੱਚਾ, ਜਿਹੜਾ ਕੁਛ ਦੇਸ਼ ਵਾਸਤੇ ਕਰ ਸਕਦਾ, ਉਹ ਇੱਕ ਸਿਪਾਹੀ ਬਣ ਕੇ ਇਹਨਾਂ ਦੀ ਚਮਚਾਗਿਰੀ ਕਰਨ ਜੋਗਾ ਰਹਿ ਗਿਆ ਬਸ।